ਟਰੈਕਟਰ ਬਦਲ ਕੇ ਦੇਖਦੇ ਆਪਾਂ ਉਹ ਟਰੈਕਟਰ ਨਾਲ ਅੱਧੇ ਪਿੰਡ ਦਾ ਟਰੈਕਟਰ ਬੁਲਾਉਣੇ ਪਏ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ, ਆਪਾਂ ਨਵਾਂ ਵਲੌਗ ਸ਼ੁਰੂ ਕਰ ਰਹੇ ਹਾਂ। ਆਪਾਂ ਆਏ ਹੋਏ ਮੱਖਣ ਦੇ ਖੇਤ ਅਤੇ ਮੱਖਣ ਅੱਜ ਪਾ ਰਿਹਾ ਮੱਕੀ ਦਾ ਅਚਾਰ ਅਤੇ ਮਸ਼ੀਨ ਆ ਰਹੀ ਆ 4x4 ਨਵੀਂ ਜਿਹੜੀ ਆਈ ਹੈ ਕੰਪੈਨ, ਅਤੇ ਦਿਖਾਉਂਦੇ ਹਾਂ ਤੁਹਾਨੂੰ, ਤੁਸੀਂ ਵਲੌਗ 'ਚ ਬਣੇ ਰਹੋ। ਮਸ਼ੀਨ ਪਹੁੰਚ ਗਈ ਖੇਤ, ਆਹ ਮਸ਼ੀਨ ਹੈ 4x4, ਇਹਦੇ ਮਗਰ ਹੀ ਟਰਾਲੀ ਪੈ ਜਾਂਦੀ ਹੈ। ਹੁਣ ਆਪਾਂ ਇਹਦੇ ਮਗਰ ਟਰਾਲੀ ਪਾ ਰਹੇ ਹਾਂ, ਚਲਾਵਾਂਗੇ ਇਹਨੂੰ। ਪਾਣੀ ਪੁਣੀ ਦਾ ਵੀ ਕੋਈ ਚੱਕਰ ਨਹੀਂ, ਸਵੇਰੇ ਸਾਡੇ ਮੀਂਹ ਪੈ ਕੇ ਹਟਿਆ, ਪਰ ਮੀਂਹ ਥੋੜ੍ਹਾ ਹੀ ਸੀਗਾ, ਮੌਸਮ ਠੰਡਾ ਹੋ ਗਿਆ। ਧੁੱਪ ਵੀ ਦੇਖ ਲਓ ਉੱਤੇ ਥੱਲੇ ਹੁੰਦੀ ਹੈ ਪ੍ਰੈਸ਼ਰ ਨਾਲ, ਜਿੰਨੀ ਨੀਵੀਂ ਟਰਾਲੀ ਉੱਨੀ ਗੱਲ। ਚੱਕੀ ਗਈ ਉਹ ਦੇਖ, ਟਰਾਲੀ ਨੀਵੀਂ ਹੋ ਗਈ, ਉੱਪਰ ਕਰਦੇ ਆਪਾਂ। ਲਓ ਜੀ ਚਲਾ ਤੀ ਬਾਬੇ ਦਾ ਨਾਂ ਲੈ ਕੇ, ਅਤੇ ਅਚਾਰ ਕਹਿੰਦੇ ਬਹੁਤ ਵਧੀਆ ਪਾਉਂਦੀ ਆ ਮਸ਼ੀਨ ਇਹ। ਰੇਟ ਹੈਗਾ ਇਹਦਾ 7500 ਰੁਪਈਆ, ਕੰਪਲੀਟ ਟੇਕਾ ਵੀ ਕਰ ਲੈਂਦੇ ਨੇ ਵੈਸੇ ਇਹ। ਜੇ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਲਾਉਣੀਆਂ ਹੈ, ਇਹ ਆਪਣੀਆਂ ਲੈ ਆਉਂਦੇ ਆ। ਅਤੇ ਵੈਸੇ ਅਚਾਰ ਬਹੁਤ ਵਧੀਆ ਤਾਂ, ਬਾਕੀ ਆਪਾਂ ਦੇਖਾਂਗੇ ਟਰਾਲੀ ਜਦੋਂ ਭਰ ਗਈ ਫਸਟ ਟਾਈਮ। ਪ੍ਰੈਸ਼ਰ ਬਹੁਤ ਆ ਯਾਰ, ਉਹ ਪੱਲਣ ਨਹੀਂ ਖੜ ਸਕਦੇ, ਦੇਖ ਲਾ ਦੋ ਜਣਿਆਂ ਨੇ ਫੜਿਆ ਹੋਇਆ। ਉੱਚਾਈ ਬਹੁਤ ਬਣਦਾ ਜਾਏਗਾ, ਜਦੋਂ ਇੱਧਰ ਨੂੰ ਜਾਊਗੀ ਨਾ ਫਿਰ ਸਹੀ ਵੱਢੋ, ਇੱਥੋਂ ਦਾ ਉੱਚਾ ਸ਼ੁਰੂਆਤ ਹੈ, ਉੱਚਾ ਵੱਢ ਰਿਹਾ। ਇੰਨੇ ਬੰਦੇ ਚਾਹੀਦੇ ਨੇ, ਸਾਰੇ ਆਂਢੀ ਗੁਆਂਢੀ ਸਾਰੇ ਰਿਸ਼ਤੇਦਾਰ ਹਨ, ਸਾਰੇ ਬੰਦੇ ਚਾਹੀਦੇ ਨੇ ਉਰੇ। ਦਾਤ ਇੱਕੇ ਕਰ ਰਹੇ ਨੇ, ਆਟੋਮੈਟਿਕ ਦਾਤ ਇੱਕੇ ਕਰ ਦਿੰਦੀ ਹੈ, ਦੇਖੋ ਅੰਦਰ। ਕੰਮ ਹੋ ਜਾਂਦਾ ਜੀ, ਮੀਂਹ ਮੂੰਹ ਪੈ ਜਾਏ ਨਾ, ਜਿਵੇਂ ਹੁਣ ਥੋੜ੍ਹਾ ਜਿਹਾ ਮੀਂਹ ਪੈ ਗਿਆ, ਗਿੱਲਾ ਹੋ ਗਿਆ ਵਾਹਣ। ਟਰਾਲੀ ਵੀ ਬਾਹਲੀ ਭਰਤੀ ਬੁਲਾਉਂਦਾ, ਅੱਧੇ ਪਿੰਡ ਦਾ ਟਰੈਕਟਰ ਬੁਲਾਉਣੇ ਪਏ ਜਾਂਦੇ ਨੇ।
ਆ ਜਾ ਲਿਆ ਹੁਣ ਤੇਰੇ ਵਾਲੇ ਦਾ ਦੇਖਦੇ ਆ ਜੋ ਐਂ ਉਲਝਿਆਂ ਦਾ ਕੰਮ ਕਈ ਵਾਰੀ ਦੇਖੋ ਤਾਂ ਕਰਕੇ ਬੰਦੇ ਜ਼ਿਆਦਾ ਚਾਹੀਦੇ ਨੇ ਅਜੇ ਤਾਂ ਸਾਡੇ ਬਾਰਿਸ਼ ਘੱਟ ਹੋਈ ਹੈ ਜੇ ਜ਼ਿਆਦਾ ਹੋਈ ਹੁੰਦੀ ਨਾ ਹੁਣ ਟਰੈਕਟਰ ਬਦਲ ਕੇ ਦੇਖਦੇ ਹਾਂ ਆਪਾਂ ਉਹ ਟਰੈਕਟਰ ਨਾਲ ਨਿਕਲਿਆ ਨਹੀਂ ਕਹਿੰਦੇ ਵੀ ਉਹਦੇ ਪਿੱਛੇ ਸ਼ਾਇਦ ਹਾਲ ਸੀਗੇ ਤਾਂ ਨਹੀਂ ਜ਼ੋਰ ਲੱਗਿਆ ਹੁਣ ਦੇਖਦੇ ਹਾਂ ਇਹਦੀ ਹਾਊਸ ਪਾਵਰ ਵੀ ਜ਼ਿਆਦਾ ਦੇਖਦੇ ਹਾਂ ਹੁਣ ਵੀ ਨਿਕਲਦਾ ਜਾਂ ਨਾ ਨਿਕਲਦਾ ਬਸ ਆਹ ਪੰਗਾ ਹੈ ਚਾਰਾਂ ਦੇ ਦਿਨਾਂ 'ਚ ਜੇ ਬਾਰਿਸ਼ ਹੋ ਜੇ ਬਹੁਤ ਪੰਗਾ ਹੋ ਜਾਂਦਾ ਟੋਚਰ ਨਿਕਲ ਗਿਆ ਚੱਲ ਪਿਆ ਅਚਾਰ ਪਾਉਣ ਵਾਸਤੇ ਆਹ ਨੇੜੇ ਟੋਆ ਪੱਟਿਆ ਹੋਇਆ ਇਹਦੇ 'ਚ ਟਰਾਲੀ ਖਾਲੀ ਹੋਊਗੀ ਉਹ ਤੋਂ ਬਾਅਦ ਟਰੈਕਟਰ ਨਾਲ ਦੱਬਿਆ ਜਾਊਗਾ ਇਹਦੇ 'ਚ ਆਹ ਟਰਾਲੀ ਬੈਕ ਕਰਕੇ ਉਤਰੀ ਜੂਗੀ ਥੱਲੇ ਇਹਦੇ ਤੂੜੀ ਪਾਤੀ ਅਤੇ ਸਾਈਡਾਂ 'ਤੇ ਆਹ ਕਾਗਜ਼ ਪਾਤਾ ਇਹਨੂੰ ਜ਼ਿਆਦਾ ਡੂੰਘਾ ਨਹੀਂ ਕਰਨਾ ਚਾਹੀਦਾ ਕਹਿੰਦੇ ਵੀ ਉੱਚਾ ਰੱਖਣਾ ਚਾਹੀਦਾ ਪਿਛਲੇ ਸਾਲ ਇਹਨਾਂ ਨੇ ਡੂੰਘਾ ਕਰ ਲਿਆ ਸੀ ਅਚਾਰ ਖਰਾਬ ਹੋ ਗਿਆ ਸੀ ਇਸ ਕਰਕੇ ਐਤਕੀ ਡੂੰਘਾ ਘੱਟ ਕੀਤਾ ਕਿਉਂਕਿ ਜਿੰਨਾ ਅਚਾਰ ਹੈ ਕਹਿੰਦੇ ਉਹ ਵੀ ਥੱਲੇ ਤੱਕ ਪੱਟਿਆ ਹੋਇਆ ਜਾ ਚਾਹੀਦਾ ਰੋਜ਼ ਵੀ ਜਿੰਨਾ ਆਪਾਂ ਪੱਟਣਾ ਉਹ ਥੱਲੇ ਤੱਕ ਪੱਟਿਆ ਜਾਵੇ ਵੀ ਥੋੜ੍ਹਾ ਨਾ ਪੱਟਿਆ ਜਾਵੇ ਤਾਂ ਕਰਕੇ ਫਿਰ ਇਹਨਾਂ ਨੇ ਐਤਕੀ ਉਚਾਈ ਘੱਟ ਕਰਨੀ ਹੈ ਇਹਦੀ ਅਤੇ ਲੰਬਾਈ ਜ਼ਿਆਦਾ ਕਰ ਲਈ ਅਤੇ ਪਾਣੀ ਵੀ ਨਹੀਂ ਰੁਕਦਾ ਇਹਦੇ 'ਚ ਹੁਣ ਸਵੇਰੇ ਇੰਨੀ ਬਾਰਿਸ਼ ਹੋ ਕੇ ਹਟੀ ਹੈ ਦੇਖੋ ਜੋ ਪਾਣੀ ਨਿਕਲ ਗਿਆ ਸਾਰਾ ਆਹ ਦੇਖੋ ਗਿੱਲੇ ਦਾ ਇਹ ਨੁਕਸਾਨ ਹੋ ਜਾਂਦਾ ਟਾਇਰਾਂ ਨਾਲ ਨਾ ਮਿੱਟੀ ਆ ਰਹੀ ਇਹਦੇ 'ਚ ਇਹ ਆਉਣੀ ਨਹੀਂ ਚਾਹੀਦੀ ਵੈਸੇ ਜ਼ਿਆਦਾ ਗਿੱਲੀ ਹੈ ਉੱਤਰਦੀ ਘੱਟ ਹੈ ਬਸ ਉਧਰ ਟਾਇਰ ਦੱਬ ਗਿਆ ਨਾ ਗਿੱਲਾ ਵੀ ਸੀ ਉੱਥੇ ਹੁਣ ਤਾਂ ਵਜਣ ਪੈ ਗਿਆ ਬਾਜ ਤੋਂ ਬਾਅਦ ਪਤਾ ਲੱਗ ਜੂ ਆਪਾਂ ਨੂੰ ਗੁੱਲਾ ਫੜਾਵਾਂ ਜਮਾ ਹੀ ਪ੍ਰੈਸ ਕਰਿਆ ਪਿਆ ਹਨਾ ਇੰਨੀ ਤਾਂ ਜੇ ਆਪਾਂ ਲਤੜਾਈ ਕਰਨ ਲੱਗ ਜੇ ਤਾਂ ਵੀ ਨਹੀਂ ਹੁੰਦੀ ਹਨਾ ਆ ਪੱਲੀ ਚੱਕੀ ਬਰੀਕ ਦਾ ਬਹੁਤ ਹੈ ਇੱਕ ਟਰਾਲੀ ਨਹੀਂ ਭਰਤਾ ਦੇਖ ਲਓ ਨਿਕਲੇ ਨਾ ਜਾਵੇ
ਫਿਰ ਤਿੰਨ ਗੇੜਿਆਂ ਤੋਂ ਬਾਅਦ ਹੁਣ ਟਰਾਲੀ ਸਾਈਡ 'ਤੇ ਚਲਾਉਣ ਲੱਗ ਗਏ ਟਰੈਕਟਰ ਨਾਲ ਹੀ, ਕਿਉਂਕਿ ਪਾਉਣ ਅਤੇ ਕੱਢਣ 'ਚ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਦਾ, ਹੈ ਨਾ, ਅਤੇ ਹੁਣ ਟਰੈਕਟਰ ਨਾਲ ਚੱਲੀ ਜਾਂਦੀ ਆ ਸਾਈਡ 'ਤੇ। ਜੇ ਦੁਬਾਰੇ ਫਿਰ ਇਹਨਾਂ ਨੇ ਬਲੇਡ ਤਿੱਖੇ ਕਰੇ ਆ, ਥੋੜ੍ਹੇ ਟਾਈਮ ਬਾਅਦ ਤਿੱਖੇ ਕਰਨੇ ਪੈ ਜਾਂਦੇ ਆ ਬਲੇਡ ਇਹਨੂੰ। ਸੈਕਿੰਡ ਲਾਸਟ ਟਰਾਲੀ ਹੈ, 8 ਟਰਾਲੀਆਂ ਹੋ ਗਈਆਂ, 2 ਕਿੱਲੇ ਸੀਗੇ ਅਤੇ ਆਹ ਭਰ ਗਿਆ ਟੋਆ ਪੂਰਾ, ਹੁਣ ਇਹਨੂੰ ਦੱਬ ਕੇ ਇੱਕ ਟਰਾਲੀ ਉਹ ਖੜੀ ਆ ਉਹ ਪਾਵਾਂਗੇ। ਹਾਈ ਡਰਾਈਵਰ ਚੱਲ ਰਿਹਾ ਹੁਣ ਅੱਗੇ, ਉਹ ਨਾਲ ਲੱਗ ਗਿਆ ਥੱਲੇ ਕਰ ਲੈ ਹੋਰ। ਦੋ ਘੰਟਿਆਂ 'ਚ 2 ਕਿੱਲਿਆਂ ਦਾ ਚਾਰ ਪਾ ਗਏ ਜੀ, 1 ਵਜੇ ਚੱਲੀ ਸੀ, 3 ਵਜੇ ਚਾਰ ਪਾ ਕੇ ਰੋਟੀ ਖਾ ਕੇ ਗਏ ਬਾਈ। ਬੰਦੇ ਬਹੁਤ ਚਾਹੀਦੇ ਨੇ ਮਸ਼ੀਨਾਂ ਜੀਆਂ ਨਾਲ ਬਾਈ, ਬਹੁਤ ਮਿਹਨਤ ਵਾਲਾ ਕੰਮ ਹੈ ਵੈਸੇ। ਲਓ ਜੀ ਅਚਾਰ ਤਾਂ ਪੈ ਗਿਆ, ਬਸ ਦੱਬਣ ਲੱਗ ਰਿਹਾ, ਇਕੱਲਾ ਬੰਦਾ ਦੱਬੀ ਜਾਊਗਾ। ਅਸੀਂ ਚੱਲੇ ਹੁਣ ਜਾਮਣਾ ਖਾਣ, ਜਾਮਣਾ ਤੋੜਦੇ ਹਾਂ ਅਤੇ ਬਾਕੀ ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ। ਲੈ ਸਾਨੂੰ ਵੀ ਫੜਾ ਦੇ ਬਾਈ, ਆ ਹਲਾ ਯਾਰ ਕੋਠੇ ਵਾਲਾ, ਇਹਦੇ ਬਾਹਲੀਆਂ ਨੇ ਨਾ, ਆ ਦੇ ਇੱਧਰ ਹਾਂਜੀ। ਅਚਾਰ ਪਾ ਕੇ ਆਪਾਂ ਘਰ ਆ ਗਏ ਸੀਗੇ ਅਤੇ ਮਸ਼ੀਨ ਵਾਲੇ ਬਾਈ ਨਾਲ ਆਪਾਂ ਗੱਲ ਕੀਤੀ ਸੀਗੀ ਅਤੇ ਉਹ ਕਹਿੰਦੇ ਵੀ ਸਾਨੂੰ 5-7 ਕਿੱਲੇ ਮਿਲ ਜਾਣ, ਕਿਤੇ ਵੀ ਮਿਲ ਜਾਣ, ਅਸੀਂ ਪਹੁੰਚ ਜਾਂਦੇ ਉੱਥੇ ਵੀ 50-60 ਕਿਲੋਮੀਟਰ ਦੇ ਏਰੀਏ 'ਚ, ਵੀ ਜ਼ਿਆਦਾ ਦੂਰ ਤਾਂ ਜੇ ਜ਼ਿਆਦਾ ਹੋਣਗੇ ਫਿਰ ਤਾਂ ਚਲੇ ਜਾਣਗੇ। ਅਤੇ 7500 ਰੁਪਇਆ ਰੇਟ ਹੈ, ਜਾਇਆ ਜਾ ਰੇਟ, ਅਤੇ ਅਚਾਰ ਵੀ ਵਧੀਆ ਪਾਉਂਦੇ ਆ। ਅਤੇ ਜੇ ਤੁਸੀਂ ਕੰਪਲੀਟ ਠੇਕਾ ਕਰਨਾ ਵੀ ਟਰਾਲੀਆਂ ਦੱਬਣ ਵਾਲਾ ਟਰੈਕਟਰ ਤੁਹਾਡਾ ਚਾਹੀਦਾ ਇਕੱਲਾ, ਅਤੇ ਟਰਾਲੀਆਂ ਉਹਨਾਂ ਦੀਆਂ ਹੋ ਜਾਂਦੀਆਂ ਨੇ, ਉਹ 9000 ਰੇਟ ਹੈ, ਉਹ ਵੀ ਜਾਇਆ ਜਾ ਠੀਕ ਹੈ, 1500 ਰੁਪਇਆ ਹੋਰ ਲੈਂਦੇ ਨੇ ਅਤੇ ਸਾਰਾ ਡਰਾਈਵਰ ਡਰੂਵਰ ਉਹਨਾਂ ਦੀ ਹੁੰਦੇ ਆ। ਬਾਕੀ ਦੂਜੀਆਂ ਮਸ਼ੀਨਾਂ ਨਾਲ ਠੀਕ ਆ, 2 ਘੰਟਿਆਂ 'ਚ ਨਿਬੇੜਤਾ, ਜੇ ਟਰੈਕਟਰ ਵਾਲੀ ਹੁੰਦੀ ਤਾਂ ਮੈਨੂੰ ਲੱਗਦਾ ਸ਼ਾਮ ਤੱਕ ਪਾਉਂਦੀ, ਜਾਂ ਦੂਜੀ ਜਿਹੜਾ ਇੱਕ ਬੰਦਿਆਂ ਵਾਲਾ ਲੇਬਰ ਵਾਲਾ ਉਹ ਵੀ ਬਹੁਤ ਟਾਈਮ ਲਾਉਂਦਾ। ਅਤੇ ਅੱਜ ਦੇ ਵਲੌਗ 'ਚ ਇੰਨੇ ਸੀ, ਉਮੀਦ ਕਰਦੇ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋ, ਜੇ ਵਧੀਆ ਲੱਗਿਆ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਨੈਕਸਟ ਵਲੌਗ 'ਚ, ਥੈਂਕਸ ਫੋਰ ਵਾਚਿੰਗ, ਬਾਏ ਬਾਏ।